सिख राज दी नींह रखण वाले शेरे पंजाब महाराजा रणजीत सिंह बारे अयाश लुटेरा डकैत शब्द वरतण वाले पाकिस्तान दे साबका वजीर खिलाफ सिख भाईचारे विच भारी रोस है। पाकिस्तान मुस्लिम लीग नवाज दे सीनियर आगू अते साबका मंत्री ख्वाजा साद रफीक ने सोशल मीडिया ते एक पोस्ट पा महाराजा रणजीत सिंह बारे जो अल्फाज वरते हैं वह नाकाबले बर्दाश्त हैं, जिसने सिख भावनावां नूं ठेस पहुंचाई है। उसने इस पोस्ट विच महाराजा रणजीत सिंह लई डकैत लुटेरा वर्गे शब्द वरते हैं अते मस्जिदां लुटण दे इल्जाम लाए हैं। उसने लिखा कि रणजीत सिंह अयाश एक डकैत लुटेरा शासक सी, जिसने मुस्लिम धर्म की खिलाफत की, मस्जिद अते सूफी सरावां नूं लुटिया अते उन्हां दे जबरी सिख धर्म थोपिया गया अते कश्मीर विच डोगरा शासन लियांदा। ख्वाजा साद रफीक दी इस बेतुकी टिप्पणी तों बाद सिख भाईचारे विच खासा रोस है। पाकिस्तान तो सिख आगू गोपाल सिंह चावड़ा का कहना है कि ख्वाजा साद रफीक इस तरह की बयानबाजी कर सियासी फायदा लेना चाहते हैं और सियासी तौर पर नुकरे लगा आगू हुण महान सिख शासक महाराजा रणजीत सिंह बारे घटिया दर्जे की शब्दावली वरत रहा है। खालसा वाहिगुरु जी की फतेह। दास कौम तो माफी चाहता है कि इस गल नूं दो दिन हो गए तो मैं अज इहदे उत्ते इहदी तरदीद कर रहा, निंदा कर रहा, पर मैं इस तरह जगह पर सी कि उत्थे सिग्नल भी नहीं सी है। मैं अपने कारोबार के सिलसिले पहाड़ों सी, पर मैनू जदों पता लगा तो बहुत दुख होया कि ख्वाजा साद रफीक ने साडे हीरो साडे शेरे पंजाब साडे महाराजा रणजीत सिंह दे शान च गुस्ताखी की है। तो मैं एक गल ख्वाजा साद रफीक नूं करना चाहना कि अगर वह एडे चंगे होंगे तो अज नैब च उन्हां दे केस ना चलते, अगर वह एडे चंगे होंगे तो पूरे रेलवे का निज़ाम ना तबाह कर दें। ਉਹ ਸਿਰਫ ਆਪਣਾ ਗੰਧ ਖਤਮ ਕਰਨ ਵਾਸਤੇ ਸਿੱਖ ਕੌਮ ਦੇ ਹੀਰੋ ਨੂੰ ਬਲੇਮ ਕਰ ਰਿਹਾ। ਇਹ ਸਿੱਖ ਕੌਮ ਦਾ ਉਹ ਹੀਰੋ ਆ ਮਹਾਰਾਜਾ ਰਣਜੀਤ ਸਿੰਘ, ਕਿ ਉਹਦੇ ਪੂਰੇ ਦੌਰ ਦੇ ਵਿੱਚ ਹਿਸਟਰੀ ਵੇਖ ਲਓ, 40 ਸਾਲਾਂ ਦੇ ਵਿੱਚ ਉਹਨੇ ਇੱਕ ਫਾਂਸੀ ਨਹੀਂ ਹੋਣ ਦਿੱਤੀ, ਐਡਾ ਇਨਸਾਫ ਕੀਤਾ ਉਹਨੇ। ਔਰ ਇੱਕ ਬੰਦੇ ਨੇ ਉਹਨੂੰ ਮਸ਼ਵਰਾ ਦਿੱਤਾ ਸੀ ਕਿ ਮਹਾਰਾਜਾ ਸਾਹਿਬ ਤੁਸੀਂ ਇੱਥੇ ਅਜ਼ਾਨ ਬੰਦ ਕਰਵਾ ਦਿਓ, ਅਤੇ ਉਹਨਾਂ ਦਾ ਜਵਾਬ ਇਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿ ਅਜ਼ਾਨ ਦਾ ਮਤਲਬ ਹੈ ਲੋਕਾਂ ਨੂੰ ਕਹਿਣਾ ਕਿ ਆਓ ਨਮਾਜ਼ ਪੜ੍ਹ ਲਓ। ਸੋ ਤੁਸੀਂ ਇਸ ਤਰ੍ਹਾਂ ਕਰੋ ਕਿ ਸਵੇਰੇ ਫਿਰ ਮੁਸਲਮਾਨਾਂ ਦੇ ਘਰ ਜਾ ਕੇ ਦਰਵਾਜ਼ੇ ਖੜਕਾ ਕੇ ਉਹਨਾਂ ਨੂੰ ਜਗਾਓ ਤਾਂ ਕਿ ਉਹ ਨਮਾਜ਼ ਵਾਸਤੇ ਆ ਸਕਣ, ਅਤੇ ਲੋਕਾਂ ਕਿਹਾ ਤਾਂ ਬੜਾ ਔਖਾ ਕੰਮ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਕੋਈ ਫਰਕ ਨਹੀਂ ਸੀ ਰੱਖਿਆ, ਮੁਸਲਮਾਨਾਂ 'ਚ, ਹਿੰਦੂਆਂ 'ਚ, ਸਿੱਖਾਂ 'ਚ, ਸਾਰਿਆਂ ਨੂੰ ਬਰਾਬਰ 'ਤੇ ਰੱਖਿਆ ਸੀ, ਔਰ ਸਾਡੇ ਕੌਮ ਦਾ ਹੀਰੋ ਹੈ। ਮੈਂ ਆਪਣੇ ਪ੍ਰਾਈਮ ਮਿਨਿਸਟਰ ਔਰ ਆਪਣੇ ਚੀਫ ਆਫ ਆਰਮੀ ਸਟਾਫ, ਜੋ ਕਿ ਸਿੱਖ ਕੌਮ ਦੇ ਇਸ ਟਾਈਮ ਉਹ ਵੀ ਹੀਰੋ ਨੇ ਕਰਤਾਰਪੁਰ ਸਾਹਿਬ ਦੀ ਵਜ੍ਹਾ ਤੋਂ, ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਉਹ ਇਸ ਗੱਲ 'ਤੇ ਉਹਨੂੰ ਮਜਬੂਰ ਕਰਨ ਕਿ ਉਹ ਪੂਰੀ ਕੌਮ ਤੋਂ ਮਾਫ਼ੀ ਮੰਗੇ। ਔਰ ਮੈਂ ਆਪਣੀ ਤਰਫੋਂ, ਆਪਣੇ ਪੰਜਾਬੀ ਸਿੱਖ ਸੰਗਤ ਦੀ ਪੂਰੀ ਟੀਮ ਦੀ ਤਰਫੋਂ ਇਹਦੀ ਬਹੁਤ ਨਿੰਦਿਆ ਕਰਦਾ, ਕਿਉਂਕਿ ਪਾਕਿਸਤਾਨ 'ਚ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ। ਪਾਕਿਸਤਾਨ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ, ਸੋ ਇਸ ਧਰਤੀ 'ਤੇ ਅਗਰ ਇਸ ਤਰ੍ਹਾਂ ਦਾ ਕੋਈ ਕਮੀਨਾ ਬੰਦਾ ਹੋਏਗਾ ਤਾਂ ਅਸੀਂ ਕਦੇ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਜਦੋਂ ਤੱਕ ਖਵਾਜਾ ਸਾਦ ਰਫੀਕ ਪੂਰੀ ਕੌਮ ਤੋਂ ਮਾਫ਼ੀ ਨਹੀਂ ਮੰਗੇਗਾ, ਉਸ ਟਾਈਮ ਤੱਕ ਅਸੀਂ ਇਹਦੀ ਤਰਦੀਦ ਵੀ ਕਰਦੇ ਰਵਾਂਗੇ ਔਰ ਉਹਨੂੰ ਕੁੱਤਾ ਕੁੱਤਾ ਵੀ ਕਹਿੰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਆਪਣੀ ਕੌਮ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੱਕ ਅਸੀਂ ਪਾਕਿਸਤਾਨ 'ਚ ਹੈਗੇ ਹਾਂ, ਪਾਕਿਸਤਾਨ ਦੀ ਗੌਰਮੈਂਟ ਸਾਨੂੰ ਪਿਆਰ ਕਰਦੀ ਹੈ, ਪਾਕਿਸਤਾਨ ਦੀ ਆਵਾਮ ਸਾਨੂੰ ਪਿਆਰ ਕਰਦੀ ਹੈ, ਇਸ ਤਰ੍ਹਾਂ ਇੱਕ ਕੁੱਤੇ ਦੇ ਉੱਠਣ ਨਾਲ ਸਾਡੇ 'ਤੇ ਕੋਈ ਫਰਕ ਨਹੀਂ ਪੈਂਦਾ ਔਰ ਅਸੀਂ ਉਹਨੂੰ ਮਜਬੂਰ ਕਰਾਂਗੇ ਮਾਫ਼ੀ ਮੰਗਣ 'ਤੇ। ਥੈਂਕ ਯੂ।